ਸਾਕਰ ਵਿੱਚ ਲੁਟੇਰੀ ਲਾੜੀ ਨੂੰ ਫੜਨ ਲਈ ਜੈਸੀ ਨਗਰ थाना ਪੁਲਿਸ ਨੇ ਲਾੜੇ ਦੇ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਨਿਭਾਈ ਅਤੇ ਇਸ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਜੈਸੀ ਨਗਰ ਥਾਣੇ ਅਧੀਨ 15 ਫਰਵਰੀ 2022 ਨੂੰ ਲਕਸ਼ਮਣ ਪੁੱਤਰ ਨੱਥੂ ਠਾਕੁਰ ਵਾਸੀ ਸਰਖੜੀ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਵਿਆਹ ਦੇ ਦੂਜੇ ਦਿਨ ਉਸਦੀ ਨਵੀਂ ਵਿਆਹੀ ਦੁਲਹਨ ਗਹਿਣੇ ਅਤੇ 50000 ਰੁਪਏ ਲੈ ਕੇ ਫਰਾਰ ਹੋ ਗਈ ਸੀ ਪੁਲਿਸ ਨੇ ਮਾਮਲੇ ਦੀ ਪਾਲ ਕੀਤੀ ਪਰ ਲੁਟੇਰਨ ਲਾੜੀ ਫੜੀ ਨਹੀਂ ਜਾ ਸਕੀ ਇਸ ਤੋਂ ਬਾਅਦ ਜਸੀ ਨਗਰ थाना ਇੰਚਾਰਜ ਸ਼ਸ਼ੀਕANT ਗੁਰਚਰ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਇਸੇ ਦੌਰਾਨ थाना ਇੰਚਾਰਜ ਨੂੰ ਪਤਾ ਲੱਗਾ ਕਿ ਇਲਾਕੇ ਦੇ ਵਿੱਚ ਅਜੇ ਹੀ ਵਿਆਹ ਕਰਵਾਉਣ ਵਾਲਾ ਗੀਰੋ ਸਰਗਰਮ ਹੈ ਉਸਨੇ ਆਪਣੇ ਲੜਕੇ ਦੇ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਅਤੇ ਇਸ ਤਰ੍ਹਾਂ 1 ਲੱਖ ਦੇ ਵਿੱਚ ਵਿਆਹ ਦਾ ਸੌਦਾ ਤੈਅ ਹੋ ਗਿਆ ਭਰੋਸਾ ਦਿਵਾਉਣ ਦੇ ਲਈ ਐਸਆਈ ਰਾਮ ਲਖਨ ਨੇ ਦਲਾਲ ਦੇ ਖਾਤੇ ਦੇ ਵਿੱਚ 5000 ਰੁਪਏ ਅਡਵਾਂਸ ਜਮ੍ਹਾਂ ਕਰਵਾ ਦਿੱਤੇ ਅਤੇ ਵਿਆਹ ਸਾਗਰ ਦੇ ਪ੍ਰੇਡ ਮੰਦਿਰ ਦੇ ਵਿੱਚ ਤੈਅ ਹੋ ਗਿਆ ਪੁਲਿਸ ਨੇ ਮੁਖਬਰ ਨੂੰ ਲਾੜਾ ਆਯਾ ਅਤੇ ਕਾਂਸਟੇਬਲ ਦੁਰਗੇਸ਼ ਸਿਲਾਵਤ ਲਾੜੇ ਦਾ ਭਰਾ ਬਣ ਗਿਆ ਐਸਆਈ ਅਭਿਸ਼ੇਕ ਪਟੇਲ ਡਰਾਈਵਰ ਅਤੇ ਹੋਰ ਸਟਾਫ ਲਾੜੇ ਦੇ ਮੈਂਬਰ ਬਣ ਗਏ ਅਤੇ ਵਿਆਹ ਦਾ ਸਮਾਨ ਲੈ ਕੇ ਸਾਗਰ ਦੇ ਪ੍ਰੇਡ ਮੰਦਿਰ ਪਹੁੰਚੇ ਇਸ ਦੌਰਾਨ ਲਾੜੇ ਦੇ ਪਰਿਵਾਰ ਨੇ ਵਿਉਂਤ ਅਨੁਸਾਰ ਮਾਲਾ ਪੁੱਲਨ ਦਾ ਡਰਾਮਾ ਕੀਤਾ ਅਤੇ ਜੈਸੀ ਨਗਰ थाना ਇੰਚਾਰਜ ਨੂੰ ਬੁਲਾਇਆ ਜੋ ਲਾੜੇ ਦਾ ਚਾਚਾ ਬਣ ਗਿਆ ਸੀ ਮਾਲਾ ਲੈ ਕੇ ਪਹੁੰਚ ਗਿਆ ਤੇ ਕੁਝ ਥੇਰ ਪਹਿਲਾਂ ਹੀ ਔਰਤ ਅਤੇ ਦਲਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਵਿਆਹ ਦੀ ਜਾਣਕਾਰੀ ਦਿੰਦੇ ਹੋਏ 30 ਸਾਲਾ ਔਰਤ ਨੇ ਦੱਸਿਆ ਕਿ ਉਹ ਚਨੂਆ ਰਹਲੀ थाना ਅਤੇ ਦਲਾਲ ਗੁੱਡੂ ਪਟੇਲ ਰਹਲੀ थाना ਖੇਤਰ ਦੀ ਰਹਿਣ ਵਾਲੀ ਹੈ ਅਤੇ ਮਾਮਲੇ ਵਿੱਚ ਪੁਲਿਸ ਮਹਿਲਾ ਅਤੇ ਦਲਾਲ ਤੋਂ ਪੁੱਛਗਿੱਛ ਕਰ ਰਹੀ ਹੈ ਫਿਲਹਾਲ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ 420 34 ਦੇ ਤਹਿਤ ਮਾਮਲਾ ਦਰਜ ਕੀਤਾ